एक पार्क विच नास्तकां दी महफिल लगी हुई सी। ओह हर आउंदे जांदे नाल नास्तकता दे विषय ते बहस करदे सन अते कई धार्मिक लोकां नूं गुमराह कर चुके सन। ओ देखो ये मौलवी तुरिया आउंदा, ओनू फड़दे आ। ओ किवें मौलवी साहब, की हाल है? अलहम्दुलिल्लाह, अल्लाह की मेहर है। ओए अल्लाह दा की हाल है? हैं की मतलब? तुहानू किवें पता कि अल्लाह है कि नहीं? सानू कुराने पाक दी यकीन है जो कहंदी है कि अल्लाह है, सो असी मनदे हां कि अल्लाह है। मैं तो अपने ज्ञान इंद्रियां ते यकीन करदा, जिन्हों मेरियां अखां देख नहीं सकदियां, कन्न सुन नहीं सकते, जीव महसूस नहीं कर सकती, नक सुंघ नहीं सकता, वो चीज़ नहीं हो सकती। ये भी कोई गल है, तुहानू ये भी नहीं पता कि रब की हस्ती ज्ञान इंद्रिया तो परे है। ये तो सब आस्तक लोगों के बहाने ने अपने मनोकल्पित रब की होंद नू रखन लई, जां रब दिखाओ जां हार मनो। ये तुसा जो लोगों नू तंग करन दा काम फड़िया होया, ये ठीक नहीं। कोई रब दा बंदा तुहानू जरूर दुरुस्त कर सी, ताही तुसी बंदे बनोगे। बाले डायलॉग ना मारो मौलवी साहब, मुद्दे ते आओ। मुद्दा कोई है ही नहीं, दुनिया है, असी हाँ, तुहाडे वर्गे कुफरगो शैतान भी हन। इस तो साबित है कि रब है, जे नहीं तो यह सब कुछ किवें बन गया। बस रब है, अल्लाह है, इस बारे कोई दोहरावा नहीं। अच्छा ठीक आ, असी बाली मगज खपाई नहीं करनी। तुसी लोग तो गल्लां दे हेर फेर नाल लोगों नूं भरम विच पाउंदे हो। सीधी गल आ, जे अल्लाह है तो दिखाओ, नहीं तो हार मनो ते इत्थों चलदे बनो, साथों अपनी गत ना करा लिओ। ये तो पागलों का टोला है, जिसमानी ताकत दिखा के धमका रहे ने। अज मैं कल्ला हाँ, फिर कदे इन्हां नूं ठीक करांगे। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਤੁਹਾਡਾ ਕੀ ਹਾਲ ਚਾਲ ਆ? ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਸ਼ੁਕਰ ਹੈ। ਅਜੀਬ ਗੱਲ ਆ, ਹਾਲ ਤੁਹਾਡਾ ਵਧੀਆ ਅਤੇ ਸ਼ੁਕਰ ਤੁਸੀਂ ਅਕਾਲ ਪੁਰਖ ਦਾ ਕਰੀ ਜਾਂਦੇ ਹੋ। ਹੋਰ ਭਾਈ ਮੈਂ ਤੇਰਾ ਸ਼ੁਕਰ ਕਰਾਂ? ਮੇਰਾ ਸ਼ੁਕਰ ਬਸ਼ੱਕ ਨਾ ਕਰੋ, ਪਰ ਜੋ ਹਸਤੀ ਹੈ ਹੀ ਨਹੀਂ ਉਹਦਾ ਸ਼ੁਕਰ ਵੀ ਕਿਉਂ ਕਰਦੇ ਹੋ? ਆਪ ਵੀ ਭੰਬਲ ਭੂਸੇ 'ਚੋਂ ਤੇ ਹੋਰਨਾਂ ਨੂੰ ਵੀ ਇਸੇ ਭੁਲੇਖੇ 'ਚ ਫਸਾਇਆ ਹੋਇਆ ਤੁਸੀਂ। ਸਾਨੂੰ ਤਾਂ ਕੋਈ ਭੁਲੇਖਾ ਨਹੀਂ ਅਤੇ ਨਾ ਹੀ ਅਸੀਂ ਕਿਸੇ ਭੰਬਲ ਭੁੱਸੇ ਵਿੱਚ ਹਾਂ। ਭੰਬਲ ਭੁੱਸੇ ਵਿੱਚ ਤਾਂ ਤੁਸੀਂ ਲੋਕ ਹੋ ਜੋ ਅਕਾਲ ਪੁਰਖ ਦੀ ਹੋਂਦ 'ਤੇ ਸ਼ੱਕ ਕਰਦੇ ਹੋ। ਇਹਨਾਂ ਨਾਲ ਗੱਲ ਕਰਨ ਦਾ ਮਜ਼ਾ ਆਊਗਾ, ਲੱਗਦਾ ਇਹ ਸਾਡੇ ਸਾਹਮਣੇ ਥੋੜ੍ਹੀ ਦੇਰ ਟਿਕੇ ਰਹਿਣਗੇ। ਟਿਕੇ ਕਦ ਤੱਕ ਰਹਿਣਗੇ? ਅਸੀਂ ਤਾਂ ਰੱਬ ਦੇ ਮਾਮਲੇ 'ਚ ਵੱਡਿਆਂ ਵੱਡਿਆਂ ਦੇ ਦੰਦ ਖੱਟੇ ਕੀਤੇ ਨੇ, ਇਹਨੇ ਨਿਹੰਗ ਜੇ ਨੇ ਸਾਡੇ ਸਾਹਮਣੇ ਕੀ ਟਿਕਣਾ। ਬਾਪੂ ਜੀ ਤੁਸੀਂ ਰੱਬ ਨੂੰ ਮੰਨਦੇ ਹੋ? ਜ਼ਰੂਰ ਮੰਨਦੇ ਹਾਂ ਜੀ। ਕੀ ਰੱਬ ਸੱਚੀ ਹੈ? ਹਾਂਜੀ ਉਹ ਸੱਚੀ ਹੈ। ਸੱਚੀ ਹੈ? ਜੇ ਸੱਚੀ ਆ ਤਾਂ ਦੱਸੋ ਉਹ ਕਿੱਥੇ ਹੈ? ਭਾਈ ਤੁਹਾਨੂੰ ਸਮਝ ਤੇ ਨਹੀਂ ਲੱਗਣੀ, ਪਰ ਫਿਰ ਵੀ ਸੁਣੋ। ਨਿਰਗੁਣ ਸਰੂਪ ਕਰਕੇ ਸੱਚਖੰਡ ਵਿੱਚ ਹੈ ਤੇ ਸਰਗੁਣ ਸਰੂਪ ਕਰਕੇ ਆਪਣੀ ਰਚਨਾ ਵਿੱਚ ਰਮਿਆ ਹੋਇਆ ਹੈ। ਆ ਨਿਰਗੁਣ ਸਰਗੁਣ ਦਾ ਸਾਨੂੰ ਨਹੀਂ ਪਤਾ, ਇਹੋ ਜਿਹੀਆਂ ਗੱਲਾਂ ਕਰਕੇ ਹੀ ਤੁਸੀਂ ਧਰਮ ਦੇ ਠੇਕੇਦਾਰ ਆਮ ਲੋਕਾਂ ਨੂੰ ਭਰਮਾ ਲੈਂਦੇ ਹੋ। ਸਿੱਧੀ ਭਾਸ਼ਾ 'ਚ ਦੱਸੋ ਕਿ ਰੱਬ ਹੈ ਕਿੱਥੇ? ਮੈਂ ਤੁਹਾਨੂੰ ਦੱਸ ਤਾਂ ਦਿੱਤਾ ਕਿ ਸਰਗੁਣ ਸਰੂਪ ਕਰਕੇ ਉਹ ਆਪਣੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਹੈ, ਜਿਹਦਾ ਸਿੱਧੇ ਤੌਰ 'ਤੇ ਇਹ ਮਤਲਬ ਹੈ ਕਿ ਉਹ ਹਰ ਥਾਂ 'ਤੇ ਮੌਜੂਦ ਹੈ। ਕੀ ਉਹ ਇੱਥੇ ਵੀ ਆ? ਹਾਂਜੀ ਇੱਥੇ ਵੀ ਹੈ। ਕੀ ਸਾਨੂੰ ਦਿਖਾ ਸਕਦੇ ਹੋ? ਮੈਂ ਤੁਹਾਨੂੰ ਕਿਹਾ ਸੀ ਇਹ ਸਾਡੇ ਸਾਹਮਣੇ ਬਾਹਲੀ ਦੇਰ ਨਹੀਂ ਟੇਕਣ ਲੱਗਾ। ਦੇਖ ਲਓ ਫਿਰ, ਇੱਦਾਂ ਸੋਚਣ ਲਾ ਤਾ ਜਿਵੇਂ ਆਪਣੇ ਪਿੰਡ ਵਾਲੇ ਜੈਲੇ ਨੂੰ ਕਿਸੇ ਨੇ ਅਲਜੈਬਰੇ ਦਾ ਸਵਾਲ ਪੁੱਛ ਲਿਆ ਹੋਵੇ।
ਤੁਸੀਂ ਭਾਈ ਜ਼ਰੂਰ ਇਹ ਰੱਬ ਦੇਖਣਾ ਆ। ਦੇਖਣਾ ਤਾਂ ਹੀ ਤਾਂ ਤੁਹਾਨੂੰ ਕਿਹਾ ਕਿ ਜੇ ਰੱਬ ਹੈ ਤਾਂ ਦਿਖਾਓ, ਜੇ ਨਾ ਦੇਖਣਾ ਹੁੰਦਾ ਤਾਂ ਤੁਹਾਨੂੰ ਕਹਿਣਾ ਕਾਹਤੇ ਸੀ। ਤੂੰ ਭਾਈ ਸੋਚ ਲੈ ਕਿ ਰੱਬ ਜ਼ਰੂਰ ਇਹ ਦੇਖਣਾ ਕਿ ਨਹੀਂ। ਅਜੀਬ ਗੱਲਾਂ ਕਰਦੇ ਹਾਂ, ਆਹੋ ਅਸੀਂ ਜ਼ਰੂਰ ਹੀ ਰੱਬ ਦੇਖਣਾ। ਰੱਬ ਨੂੰ ਦੇਖਣਾ ਸੌਖਾ ਨਹੀਂ ਭਾਈ, ਫਿਰ ਨਾ ਕਹਿਓ ਕਿ ਦੱਸਿਆ ਨਹੀਂ। ਹਾਲੇ ਵੀ ਸੋਚ ਲਓ ਕਿ ਰੱਬ ਜ਼ਰੂਰ ਇਹ ਦੇਖਣਾ ਕਿ ਉੱਦਾਂ ਹੀ ਸਰਜੂ। ਉਹ ਜੇ ਦਿਖਾਉਣਾ ਤਾਂ ਦਿਖਾ ਦਿਓ, ਨਹੀਂ ਤਾਂ ਹਾਰ ਮੰਨ ਲਓ। ਅਸੀਂ ਰੱਬ ਦੇਖਣਾ ਹੈ, ਦੇਖਣਾ ਹੈ, ਦੇਖਣਾ ਹੈ। ਹੋਰ ਦੱਸੋ ਕਿਵੇਂ ਕਹੀਏ ਕਿ ਅਸੀਂ ਰੱਬ ਦੇਖਣਾ ਹੈ। ਚਲੋ ਠੀਕ ਹੈ, ਫਿਰ ਨਾ ਕਹਿਓ ਕਿ ਤੁਹਾਨੂੰ ਦੱਸਿਆ ਨਹੀਂ ਸੀ। ਅੱਛਾ ਦੱਸੋ ਤੁਹਾਡੇ ਵਿੱਚੋਂ ਕਿਹਨੇ ਰੱਬ ਦੇਖਣਾ? ਗੱਲ ਸੁਣੋ, ਮੈਨੂੰ ਕੁਝ ਖਰਾਬੀ ਲੱਗਦੀ ਆ। ਇਹ ਬਾਬਾ ਮੈਨੂੰ ਖਤਰਨਾਕ ਜਿਹਾ ਲੱਗਦਾ, ਐਵੇਂ ਲੈਣੇ ਦੇ ਦੇਣੇ ਨਾ ਪੈ ਜਾਣ। ਇਹਨੂੰ ਜਾਣ ਦਿਓ, ਉਹ ਇਹ ਬੰਦਾ ਮੈਨੂੰ ਸਨਕੀ ਜਿਹਾ ਲੱਗਦਾ। ਉਹ ਲੱਗਦਾ ਕਿ ਤੂੰ ਡਲਾ ਵੱਧ ਖਾ ਲਿਆ ਅੱਜ। ਇਹ ਬੁੱਢਾ ਸਾਡਾ ਕੀ ਵਿਗਾੜ ਲੂਗਾ, ਤੂੰ ਚੁੱਪ ਕੀਤਾ ਰਹਿ, ਮੈਂ ਆਪੇ ਇਹਦੇ ਨਾਲ ਨਜਿੱਠ ਲੈਂਦਾ। ਦੇਖੋ ਬਾਪੂ ਜੀ, ਤੁਸੀਂ ਪਹੇਲੀਆਂ ਜੀਆਂ ਪਾਉਣੀਆਂ ਬੰਦ ਕਰੋ, ਮੈਂ ਤਿਆਰ ਹਾਂ ਰੱਬ ਨੂੰ ਦੇਖਣ ਲਈ। ਜੇ ਹਿੰਮਤ ਹੈ ਤਾਂ ਮੈਨੂੰ ਰੱਬ ਦਿਖਾਓ। ਤੂੰ ਰੱਬ ਜ਼ਰੂਰ ਦੇਖਣਾ ਆ? ਹਾਂਜੀ ਜ਼ਰੂਰ ਦੇਖਣਾ। ਅੱਛਾ ਪ੍ਰਤੱਖ ਦੇਖਣਾ ਕਿ ਧਿਆਨ ਵਿੱਚ? ਪ੍ਰਤੱਖ, ਇਹਨਾਂ ਅੱਖਾਂ ਨਾਲ ਦੇਖਣਾ। ਇਕੱਲੇ ਦੇਖਣਾ ਕਿ ਸਾਰਿਆਂ ਦੇ ਸਾਹਮਣੇ ਦੇਖਣਾ? ਸਾਰਿਆਂ ਸਾਹਮਣੇ ਦੇਖਣਾ। ਇੱਥੇ ਦੇਖਣਾ ਕਿ ਕਿਤੇ ਹੋਰ ਦੇਖਣਾ ਆ? ਉਹ ਇੱਥੇ ਹੀ ਦੇਖਣਾ, ਹੋਰ ਕਿੱਥੇ ਦੇਖਣਾ। ਹੁਣੇ ਦੇਖਣਾ ਕਿ ਫੇਰ ਕਦੇ? ਹੱਦਾ ਯਾਰ, ਇਹ ਬੁੱਢਾ ਕਰੀ ਕੀ ਜਾਂਦਾ। ਹੁਣੇ ਦੇਖਣਾ ਹੈ ਬੁੱਢਿਆ, ਜੇ ਦਿਖਾਉਣਾ ਤਾਂ ਦਿਖਾ ਦੇ, ਨਹੀਂ ਤਾਂ ਹਾਰ ਮਰ ਕੇ ਇੱਥੋਂ ਚੱਲਦਾ ਬਣ। ਓਏ ਠੰਡ ਰੱਖ ਮੁੰਡਿਆ, ਅਸੀਂ ਤੈਨੂੰ ਰੱਬ ਜ਼ਰੂਰ ਦਿਖਾਵਾਂਗੇ। ਉਹ ਠੰਡ ਆ, ਸਵਾਲ ਹੀ ਕਰੀ ਜਾਂਦਾ ਪਰ ਜੋ ਕੰਮ ਕਿਹਾ ਉਹ ਕਰਦਾ ਨਹੀਂ, ਇਸ ਲਈ ਖਿਝ ਆ ਗਈ ਤੇਰੇ ਤੇ। ਖਿਝਦਾ ਨਹੀਂ, ਇਹ ਸਵਾਲ ਜ਼ਰੂਰੀ ਸੀ ਕਿਉਂਕਿ ਇਹਨਾਂ ਤੋਂ ਬਗੈਰ ਪਤਾ ਨਹੀਂ ਸੀ ਲੱਗਣਾ ਕਿ ਤੇਰੀ ਮਨੋਦਸ਼ਾ ਕੀ ਹੈ। ਅੱਛਾ ਹੁਣ ਐਵੇਂ ਕਰ, ਉਰੇ ਆ ਕੇ ਇੱਧਰ ਨੂੰ ਮੂੰਹ ਕਰਕੇ ਉੱਪਰ ਨੂੰ ਬਾਹਾਂ ਕਰਕੇ ਖੜ ਜਾ। ਅੱਛਾ ਠੀਕ ਹੈ, ਲੈ ਮੈਂ ਇੱਧਰ ਨੂੰ ਮੂੰਹ ਕਰਕੇ ਖੜ ਗਿਆ, ਬਾਹਾਂ ਵੀ ਉੱਪਰ ਕਰ ਲਈਆਂ, ਹੁਣ ਦਿਖਾ ਰੱਬ। ਹੁਣ ਤੂੰ ਖੜਾ ਖੜਾ ਹੀ ਝੁੱਕ ਕੇ ਲੱਤਾਂ ਸਿੱਧੀਆਂ ਰੱਖ ਕੇ ਆਪਣੇ ਹੱਥਾਂ ਨਾਲ ਆਪਣੇ ਪੈਰ ਛੂ। ਤੂੰ ਬੜਿਆ ਟਾਈਮ ਬਹੁਤ ਵੇਸਟ ਕੀਤਾ ਤੇ ਹੁਣ ਪਤਾ ਨਹੀਂ ਕੀ ਪਖੰਡ ਜਿਹੇ ਕਰੀ ਜਾਂਦਾ। ਹੁਣ ਯਾਦ ਰੱਖੀ, ਜੇ ਰੱਬ ਨਾ ਦਿਖਾਇਆ ਤਾਂ ਤੇਰੀ ਖੈਰ ਨਹੀਂ। ਤੂੰ ਫਿਕਰ ਨਾ ਕਰ, ਰੱਬ ਤਾਂ ਤੈਨੂੰ ਹੁਣ ਜ਼ਰੂਰ ਦਿਖਾਵਾਂਗੇ। ਚੱਲ ਤੂੰ ਹੱਥਾਂ ਨਾਲ ਆਪਣੇ ਪੈਰ ਛੂ। ਓ ਹਾਏ ਰੱਬਾ, ਹਾਏ ਓਏ, ਹਾਏ ਰੱਬਾ, ਮਾਰ ਸੁੱਟਿਆ ਰੱਬਾ, ਬੜਿਆ ਤੇਰਾ ਦਿਮਾਗ ਖਰਾਬ ਆ। ਓ ਸ਼ੁਕਰ ਹੈ, ਤੈਨੂੰ ਇਹ ਛਿੱਟੀ ਦੀ ਮਾਰ ਖਾ ਕੇ ਰੱਬ ਤਾਂ ਚੇਤੇ ਆਇਆ। ਇਹ ਤੁਸੀਂ ਕੀ ਕੀਤਾ? ਤੁਸੀਂ ਮੇਰੇ ਸਾਥੀ ਨੂੰ ਕਿਉਂ ਮਾਰਿਆ? ਜੇ ਤੁਹਾਨੂੰ ਜਵਾਬ ਨਹੀਂ ਸੀ ਆਉਂਦਾ ਚੁੱਪ ਕਰਕੇ ਚਲੇ ਜਾਂਦੇ, ਇੱਦਾਂ ਮਾਰਨਾ ਤੁਹਾਨੂੰ ਸੋਭਦਾ ਨਹੀਂ ਸੀ। ਜੇ ਅਸੀਂ ਚਾਹੀਏ ਤਾਂ ਤੁਹਾਨੂੰ ਹੁਣੇ ਲੰਮਾ ਪਾ ਸਕਦੇ ਹਾਂ। ਤੇਰੇ ਵਰਗੇ ਵੀਹਾਂ ਨੂੰ ਤਾਂ ਮੈਂ ਲਾਗੇ ਨਹੀਂ ਲੱਗਣ ਦਿੰਦਾ, ਗੁਰੂ ਜੀ ਨੇ ਯੁੱਧ ਵਿੱਦਿਆ ਬਖਸ਼ੀ ਹੋਈ ਹੈ, ਤੁਸੀਂ ਮੇਰਾ ਕੁਛ ਨਹੀਂ ਵਿਗਾੜ ਸਕਦੇ। ਠੀਕ ਆ ਠੀਕ ਆ, ਪਰ ਤੁਸੀਂ ਇਹ ਦੱਸੋ ਕਿ ਤੁਸੀਂ ਇਹਨੂੰ ਮਾਰਿਆ ਕਿਉਂ? ਕੀ ਸਬੂਤ ਹੈ ਕਿ ਮੈਂ ਇਹਦੇ ਮਾਰਿਆ? ਕਮਾਲ ਦੀ ਗੱਲ ਹੈ, ਦੀਂਦਾ ਨਹੀਂ ਇਹ ਕਿਵੇਂ ਪੀੜ ਨਾਲ ਤੜਫ ਰਿਹਾ। ਦੱਸ ਓਏ, ਤੇਰੇ ਪੀੜ ਹੁੰਦੀ ਆ? ਉਹ ਹੋਰ, ਮੈਂ ਪਾਗਲ ਆ ਜੋ ਇਸ ਤਰ੍ਹਾਂ ਕੁਰਲਾ ਰਿਹਾ ਆ। ਅੱਛਾ ਇਹ ਦੱਸ ਕਿ ਤੇਰੇ ਕਿੱਥੇ ਪੀੜ ਹੁੰਦੀ ਹੈ? ਉਹ ਪਿੱਠ ਵਿੱਚ, ਜਿੱਥੇ ਤੁਸੀਂ ਛਿੜੀ ਮਾਰੀ, ਹੋਰ ਮੇਰੇ ਸਿਰ 'ਚ ਹੋਣੀ ਆ। ਮੈਂ ਨਹੀਂ ਮੰਨਦਾ ਕਿ ਤੇਰੇ ਪੀੜ ਹੁੰਦੀ ਹੈ, ਜੇ ਸੱਚੀ ਪੀੜ ਆ ਤਾਂ ਮੈਨੂੰ ਪੀੜ ਦਿਖਾ। ਆ ਦੇਖੋ, ਮੇਰੀ ਪਿੱਠ ਵਿੱਚ ਪੀੜ ਹੁੰਦੀ ਆ। ਮੈਨੂੰ ਤਾਂ ਪੀੜ ਦਿਸਦੀ ਨਹੀਂ। ਅੱਛਾ ਕਿੱਦਾਂ ਦੀ ਸ਼ਕਲ ਹੈ ਪੀੜ ਦੀ? ਗੋਰੀ ਹੈ, ਕਾਲੀ ਹੈ, ਲਾਲ ਹੈ ਕਿ ਪੀਲੀ ਹੈ? ਅਜੀਬ ਬੰਦੇ ਹੋ ਤੁਸੀਂ, ਪੀੜ ਪੰਜ ਤੱਤਾਂ ਦੀ ਬਣੀ ਹੋਈ ਮਟੀਰੀਅਲ ਚੀਜ਼ ਹੈ ਜੋ ਮੈਂ ਤੁਹਾਨੂੰ ਦਿਖਾ ਦਵਾਂ। ਤਾਂ ਤੂੰ ਦੱਸ
कि रब पंजां तत्तां दा बनिया होया आ जो मैं तैनूं दिखा देवां। वह तो कण कण विच मौजूद है अते जिवें पीड़ महसूस हुंदी है अते केवल पीड़ित नूं ही महसूस हुंदी है उस तरह रब भी भगत नूं ही महसूस हुंदा जो उन्हूं प्यार करदा होर किसे नूं नहीं। ओए मैं तो तुहानूं पहलां ही गया सी ए बाबा मैनूं खतरनाक लगदा ओही गल होई ना रोज रब दे बंदिआं नाल पंगे लैंदे सी अज तुहानूं इह सवा सिर टक्कर गया हुण मेरी मन्नो तां इत्थों चलो नहीं तो हुणे किते बाबा अपनी कृपान कढ के आपां नूं रब कोल ना भेज देवे।